ਆਵਾਜ਼ੇ ਕੌਮ ਟੀ ਵੀ ਦੇ ਦਰਸ਼ਕੋ, ਅੱਜ 10 ਫਰਵਰੀ ਹੈਗੀ ਆ ਔਰ ਮੈਂ ਸੋਚਦਾ ਕਿ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਦੁਨੀਆਂ 'ਚ ਪੰਜਾਬ ਦੇ ਵਿੱਚ ਇਹ ਇਤਿਹਾਸਿਕ ਸਭ ਤੋਂ ਮਾੜਾ ਦਿਨ ਸੀ ਜਿਹ ਦਿਨ ਅਸੀਂ 10 ਫਰਵਰੀ ਨੂੰ ਔਰ 1846 ਨੂੰ ਸਭਰਾਵਾਂ ਦੀ ਜੰਗ ਜੋ ਕਿ ਅਟਾਰੀ ਸ਼ਾਮ ਸਿੰਘ ਅਟਾਰੀ ਸਾਡਾ ਸਿੱਖਾਂ ਦਾ ਆਖਰੀ ਜਰਨੈਲ ਹੈ ਉਸ ਦਿਨ ਡੋਗਰਿਆਂ ਦੀ ਗੁਦਾਰੀ ਕਰਕੇ ਸਭ ਤੋਂ ਹਰ ਗਿਆ ਅਤੇ ਇਹ ਉਸ ਦਿਨ ਤੋਂ ਬਾਅਦ ਅਸੀਂ ਅੰਗਰੇਜ਼ਾਂ ਦੇ ਗੁਲਾਮ ਹੋਏ ਹਾਂ ਔਰ 100 ਸਾਲ ਅੰਗਰੇਜ਼ਾਂ ਦੀ ਗੁਲਾਮੀ ਇਸ ਕੀਤੀ ਆ। ਪਰ ਅੱਜ ਦਾ ਮੇਰਾ ਜਿਹੜਾ ਟੌਪਿਕ ਹੈ ਉਹ ਹੋ ਰਿਹਾ ਕਿ ਜਿਹੜਾ ਅੱਜ ਤੁਹਾਨੂੰ ਪਤਾ ਹੈ ਕਿ 2 ਦਿਨ ਹੋ ਗਏ ਆ ਜੋ ਤਰਨ ਤਾਰਨ ਵੇਖਿਆ ਤੁਸੀਂ ਕਿ ਇੱਕ ਪਟਾਕਾ ਕਾਂਡ ਜੋ ਟਰਾਲੀ ਦੇ ਵਿੱਚ ਹੋਇਆ ਆ ਉਹ ਬੰਬ ਫਟਿਆ ਹੈ ਅਤੇ ਉਹਦੇ ਬਾਰੇ ਆਪਾਂ ਲੋਕਾਂ ਨਾਲ ਗੱਲਾਂ ਬਾਤ ਕਰਨੀ ਆ। ਪਰ ਇਹ ਪਟਾਕਾ ਕਾਂਡ ਜਿਹੜਾ ਹੈ ਪਟਾਕਿਆਂ ਦਾ ਹੈ ਕੀ ਚੀਜ਼ ਆ ਕਿ ਜੋ ਸਾਡਾ ਜੋ ਭਾਰਤ ਦਾ ਸੰਵਿਧਾਨ ਆ ਉਹਦੇ ਵਿੱਚ ਇਹਨੂੰ ਇਹ ਸਭ ਤੋਂ ਪਹਿਲਾਂ ਪਟਾਕਿਆਂ ਦੀ ਹੈ ਕੀ ਜ਼ਿੰਮੇਵਾਰੀ ਕੀ ਹੁੰਦੀ ਆ ਕਿ ਇੱਕ ਸਾਡਾ ਸਿਸਟਮ ਹੈ ਜੋ ਆਥੋਰਾਈਜ਼ ਫਾਇਰ ਵਰਕ ਆਫ ਇੰਡੀਆ ਜਿਹੜਾ ਬੋਲਦੇ ਆ ਕਿ ਜਿਹਨੂੰ ਇੱਕ ਸਿਸਟਮ ਹੈ ਜਿਹਦੇ ਅੰਦਰ ਇਹ ਸਾਰਾ ਕੁਛ ਹੁੰਦਾ ਆ ਪਟਾਕਿਆਂ ਦਾ ਉਹ ਕੀ ਹੁੰਦਾ ਉਹਨੂੰ ਅਸੀਂ ਕਹਿੰਦੇ ਹਾਂ ਕਿ ਮੋਰਸਿਸ ਆਉਂਦੇ ਆ, ਐਟਮ ਬੰਬ ਉਹ 'ਚ ਆਉਂਦੇ ਆ, ਚਾਈਨੀਜ਼ ਕਰੈਕਰ ਹੁੰਦੇ ਜਿਹੜੇ 75 mm ਤੋਂ 15 mm ਦੇ ਦਰਮਿਆਨ ਬਣਾਏ ਜਾਂਦੇ ਆ, ਮਰੂਨ ਹੁੰਦੇ ਆ, ਪਾਲਮ ਫੀਲ ਕਰੈਕਟਰ ਹੁੰਦੇ ਆ, ਗਾਰਲੈਂਡ ਕਰੈਕਟਰ ਹੁੰਦਾ ਵਾ, ਕੋਂਬੀਨੇਸ਼ਨ ਹੁੰਦਾ ਆ, ਫਾਇਰਵਰਕ ਹੁੰਦਾ ਆ, ਪੈਰਾਸ਼ੂਟ ਹੁੰਦਾ ਆ ਔਰ ਬਿਟ ਸਟ੍ਰਿਪ ਹੁੰਦੀ ਆ ਉਹਦੇ ਵਿੱਚ, ਪ੍ਰੈਕਟਿਸ ਹੈਂਡ ਗ੍ਰਨੇਡ, ਸਾਕਟ ਸਾਊਂਡ ਸਿਗਨਲ ਹੁੰਦੇ ਆ, ਟਾਰਚ ਹੁੰਦੇ ਆ, ਪੈਨਸਲ ਹੁੰਦੀ ਆ, ਕੋਬਰਾ ਹੁੰਦੀ ਆ, ਕੋਬਰਾ ਐਗ ਬੋਲਦੇ ਆ ਉਸਨੂੰ, ਇੱਕ ਸਨੈਕ ਪੈਲਟ ਹੁੰਦੇ ਆ, ਕਲਰਡ ਮਾਚਿਸ ਹੁੰਦੀ ਆ ਔਰ ਡਿਸਟ੍ਰੈਸ ਸਿਗਨਲ ਰਾਕਟ ਹੁੰਦੇ ਆ, ਫਲਾਵਰ ਜਿਹੜਾ ਪਾਟ ਫਾਊਂਟੇਨ ਹੁੰਦੇ ਰਾਕਟ, ਰੋਮਨ ਕੈਂਡਲ ਜਾਂ ਵਿਸਲਿੰਗ ਰਾਕਟ, ਹੈਂਡ ਫਲੇਅਰ ਜਾਂ ਸਪਾਰਕਲਰ ਹੁੰਦੀ ਇੱਕ ਔਰ ਜਾਂ ਉਹਨੂੰ ਇੱਕ ਸਾਇਰਨ ਵਿਸਲ ਜੋ ਸਕਿਬ ਸਟਾਰਮੈਨ ਹੁੰਦਾ ਆ ਜਾਂ ਟਵਿੰਕਲਿੰਗ ਸਟਾਰ ਦੇ ਜਾਂ ਮਾਈਕਰੋਕੌਡ ਹੁੰਦੀ ਆ। ਇਹ ਜੋ ਸਾਰੇ ਮੈਂ ਨਾਂ ਲਏ ਆ ਇਹ ਸਾਰੇ ਕੀ ਆ, ਇਹ ਸਾਰੇ ਫਾਇਰਵਰਕ ਆਤਿਸ਼ਬਾਜ਼ੀ ਦੇ ਅੰਡਰ ਆਉਂਦੇ ਆ ਔਰ ਉਸ ਆਤਿਸ਼ਬਾਜ਼ੀ ਦੇ ਅੰਡਰ ਇਹਨਾਂ ਦਾ ਇੱਕ ਸਾਈਜ਼ ਹੁੰਦਾ ਆ ਜੋ ਸੰਵਿਧਾਨ ਦੇ ਦੁਆਰਾ ਜੋ ਦੱਸਿਆ ਗਿਆ ਵੀ ਇਹ ਉਹਦਾ ਇੱਕ ਮਹਿਕਮਾ ਆਉਂਦਾ ਆ ਜਿਹਨੂੰ ਕਹਿੰਦੇ ਹਾਂ ਆਪਾਂ ਚੀਫ ਕੰਟਰੋਲਰ, ਜੋ ਉਹ ਚੀਫ ਕੰਟਰੋਲਰ ਦੇ ਇਹ ਅੰਡਰ ਆਉਂਦਾ ਸਾਰਾ ਕੁਛ ਕਿ ਉਹਨਾਂ ਨੇ ਹਦਾਇਤਾਂ ਕੀਤੀਆਂ ਹੁੰਦੀਆਂ ਹੈ ਕਿ ਜੇ ਆਪਾਂ ਆਤਿਸ਼ਬਾਜ਼ੀ ਹਵਾਈ ਬਣਾਉਣੀ ਤਾਂ ਸਾਈਜ਼ ਕੀ ਹੋਊਗਾ, ਉਹਦੇ ਕਿੰਨਾ ਧਾਗਾ ਲਪੇਟਿਆ ਜਾਊਗਾ, ਉਹਦੇ 'ਤੇ ਕਿੰਨਾ ਕੁਛ ਲਪੇਟਿਆ ਜਾਊਗਾ, ਜੇ ਅਸੀਂ ਬੰਬ ਬਣਾਉਣ ਜਿਹਨੂੰ ਐਟਮ ਬੰਬ ਛੋਟਾ ਜਿਹਾ ਕਹਿ ਦਿੰਦੇ ਹਾਂ ਜਾਂ ਥੱਲੇ ਸਟ੍ਰਾਈਕ ਕਰਕੇ ਬੰਬ ਫਾੜਦੇ ਹਾਂ ਜਿਹਨਾਂ ਨੂੰ ਗ੍ਰਨੇਡ ਬੋਲਦੇ ਹਾਂ, ਉਹਨਾਂ ਦਾ ਸਾਈਜ਼ ਕੀ ਹੋਊਗਾ, ਉਹਨਾਂ ਦੇ ਧਾਗਾ ਕਿੰਨਾ ਲਪੇਟਿਆ ਹੋਊਗਾ ਉਹਦੇ ਵਿੱਚ, ਜਾਂ ਇਸ ਤਰ੍ਹਾਂ ਵੀ ਹੁੰਦਾ ਆ ਕਿ ਜਿਸ ਤਰ੍ਹਾਂ ਇੱਕ ਲੜੀ ਹੁੰਦੀ ਆ ਜਾਂ ਲੜੀ ਦੇ ਵਿੱਚ ਜਿੰਨਾ ਆਪਾਂ ਵਿੱਚ ਜਿਵੇਂ 100 ਛੋਟਾ ਛੋਟਾ ਡੋਟਸ ਹੁੰਦਾ ਆ ਕਾਲਾ ਕਾਲਾ, ਉਹਦੇ ਵਿੱਚ ਜੋ ਗਨ ਪਾਊਡਰ ਭਰਿਆ ਹੁੰਦਾ ਆ ਜਾਂ ਗਨ ਪਾਊਡਰ ਬੋਲਦੇ ਆ ਉਹਦੇ ਵਿੱਚ ਤਕਰੀਬਨ ਜਿਹੜਾ ਵਾ, ਜੇ 1000 ਡੋਟਸ ਹੋਵੇ ਤਾਂ ਉਹ 4.5 gram ਤੋਂ ਵੱਧ ਉਹਦਾ ਟੋਟਲ ਉਹਦੇ ਵਿੱਚ ਜਿਹੜਾ ਗਨ ਪਾਊਡਰ ਬਰੂਦ ਨਹੀਂ ਵੱਧ ਨਹੀਂ ਹੋਣਾ ਚਾਹੀਦਾ। ਇਹ ਸਾਰਾ ਕੁਝ ਜਿਹੜਾ ਵਾ ਇਹ ਸਾਰਾ ਹਦਾਇਤਾਂ ਕੀਤੀਆਂ ਗਈਆਂ ਹੁੰਦੀਆਂ ਆ। ਉਸ ਤੋਂ ਇਲਾਵਾ ਜੇ ਅੱਗੇ ਆਈਏ ਤਾਂ ਉਹ ਹੁੰਦਾ ਆ ਕਿ ਦੁਕਾਨਾਂ ਨੂੰ ਜਿਹੜੇ ਦੁਕਾਨਾਂ ਹੋਲਡਰ ਹੁੰਦੇ ਆ ਜਿਹੜੇ ਵੇਚਦੇ ਆਤਿਸ਼ਬਾਜ਼ੀਆਂ, ਉਹਨਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਕੋਲ ਲਾਇਸੈਂਸ ਹੁੰਦਾ ਆ, ਉਹਨਾਂ ਕੋਲ ਲਾਇਸੈਂਸ ਹੁੰਦਾ, ਉਹਨਾਂ ਨੂੰ ਬਕਾਇਦਾ ਪ੍ਰੈਕਟਿਸ ਹੁੰਦੀ ਆ ਵੀ ਕਿੰਨਾ ਵੇਚਦੇ ਆ। ਪਰ ਜੋ ਇਹ ਕੱਲ੍ਹ ਵੇਖਿਆ ਗਿਆ ਕਿ ਜਿਹੜੀ ਹਾਦਸਾ ਹੋਇਆ ਹੈ, ਬਹੁਤ ਵੱਡਾ ਟਰਾਲੀ ਦੇ ਵਿੱਚ ਨਗਰ ਕੀਰਤਨ ਜਾ ਰਿਹਾ ਸੀ ਔਰ ਪਿੰਡ ਪਲਾਸਾ ਦੇ ਲਾਗੇ ਜੋ ਐਕਸੀਡੈਂਟ ਹੋਇਆ ਆ, ਅਤੇ ਉੱਥੇ ਉਹ ਵੇਖਣਾ ਚਾਹੀਦਾ ਕਿਉਂਕਿ 100 meter ਦੇ ਲਾਗੇ ਲੱਤਾਂ ਉੱਡ ਕੇ ਗਈਆਂ ਆ, ਟਰਾਲੀ ਲੋਹੇ ਦੀ ਜਿਹੜੀ ਉਹ ਬਿਲਕੁਲ, ਕਿਉਂਕਿ ਹਵਾਈ ਦੇ ਨਾਲ ਛੋਟਾ ਜਿਹਾ ਭਾਰ ਬੰਨੀ ਤਾਂ ਉੱਪਰ ਲੈ ਕੇ ਨਹੀਂ ਜਾਂਦੀ। ਕੀ ਵੇਖਣ ਵਾਲੀ ਗੱਲ ਸੀ ਕਿ ਉਹਨਾਂ ਕੋਲ ਇੰਨਾ ਬਰੂਦ ਬੱਚਿਆਂ ਨੂੰ ਕਿੰਨਾ ਨੇ ਦਿੱਤਾ ਔਰ ਕਿਸ ਤਰ੍ਹਾਂ ਉਹਨਾਂ ਨੇ ਕਿਸ ਤਰ੍ਹਾਂ ਮੁੱਲ ਲਿਆਂਦਾ, ਇਹ ਵੇਖਣ ਵਾਲੀ ਗੱਲ ਆ। ਅਤੇ ਇਸ ਤੋਂ ਜਿਹੜੀ ਵੱਡੀ ਇਹ ਗੱਲ ਆ ਕਿ ਆਪਾਂ ਇਹ ਲੋਕਾਂ ਨਾਲ ਵੀ ਇਹ ਗੱਲਬਾਤ ਕਰਦੇ ਹਾਂ ਕਿ ਇਹ ਸਾਨੂੰ ਜਿਹੜਾ ਸਿਸਟਮ ਹੈ ਜਿਹੜਾ ਜੋ, ਕਿਉਂਕਿ ਕੋਈ ਵੀ ਜੇ ਆਪਾਂ ਦਿਵਾਲੀ ਮਨਾਉਂਦੇ ਹਾਂ, ਵਿਸਾਖੀ ਮਨਾਉਂਦੇ ਹਾਂ ਜਾਂ ਕਿਸੇ ਗੁਰੂ ਸਾਹਿਬ ਦਾ ਤਿਉਹਾਰ ਮਨਾਉਂਦੇ ਹਾਂ ਜਾਂ ਦੇਸ਼ ਦੇ ਵਿੱਚ ਕੋਈ ਵੀ ਤਿਉਹਾਰ ਮਨਾਉਂਦੇ ਹਾਂ, ਤਾਂ ਕੀ ਉਹ ਇਹ ਪਟਾਕਿਆਂ ਨਾਲ ਖੁਸ਼ੀ ਜਿਹੜੀ ਉਹ ਜ਼ਿਆਦਾ ਹੁੰਦੀ ਆ ਕਿ ਜਾਂ ਨੁਕਸਾਨ ਹੁੰਦਾ ਆ? ਕਿਉਂਕਿ ਆਪਾਂ ਇਸ ਤਰ੍ਹਾਂ ਕਰਦੇ ਹਾਂ ਕਿ ਆਪਾਂ ਲੋਕਾਂ ਦਾ ਵਿਊ ਲੈਂਦੇ ਹਾਂ ਔਰ ਆਪਾਂ ਚੱਲਦੇ ਹਾਂ ਲੋਕਾਂ ਦੇ ਕੋਲ ਔਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਹੋਣੀ ਚਾਹੀਦੀ ਹੈ ਕਿ ਜਾਂ ਨਹੀਂ ਹੋਣੀ ਚਾਹੀਦੀ। ਸਿੰਘ ਜੀ, ਉਹ ਤੁਸੀਂ ਵੇਖਿਆ ਜਿਹੜਾ ਤਰਨ ਤਾਰਨ ਹੋਇਆ ਵਾ, ਬਹੁਤ 'ਚ ਬੱਚਿਆਂ ਦੀ
ਉੱਥੇ ਜਾਨਾਂ ਵੀ ਚਲ ਗਈਆਂ। ਅੱਜ ਵੀ ਇੱਕ ਸਵੇਰੇ ਇੱਕ ਰਾਤ ਦੀ ਇੱਕ ਬੱਚੇ ਦੀ ਹੋਰ ਮੌਤ ਹੋ ਗਈ ਆ। ਇਹ ਪਟਾਕੇ ਆ ਜੋ ਨਗਰ ਕੀਰਤਨਾਂ ਵਿੱਚ ਚੱਲਦੇ ਆ ਜਾਂ ਦਿਵਾਲੀ ਵਿਸਾਖੀ ਚੱਲਦੇ ਆ, ਕੀ ਚੱਲਣੇ ਚਾਹੀਦੇ ਆ? ਨਹੀਂ ਨਹੀਂ ਚੱਲਣਾ ਚਾਹੀਦਾ, ਗਲਤ ਹੈ ਸਰ, ਨਹੀਂ ਚੱਲਣਾ ਚਾਹੀਦਾ। ਇਹ ਗਲਤ ਨੇ? ਗਲਤ ਨੇ। ਕੀ ਵਿਚਾਰ ਤੁਸੀਂ ਦਿੰਦੇ ਇਹਦੇ ਬਾਰੇ, ਕਿਹਨੂੰ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਸਰਕਾਰ ਨੂੰ ਅਸੀਂ ਕੀ ਕਹਿਣਾ, ਅਸੀਂ ਕੀ ਕਹਿ ਸਕਦੇ ਸਰਕਾਰ, ਕੀ ਬੰਦ ਹੋਣੇ ਚਾਹੀਦੇ? ਬੰਦ ਹੋਣੇ ਚਾਹੀਦੇ, ਬੰਦ ਹੋਣੇ ਚਾਹੀਦੇ, ਹਾਂ ਬੰਦ ਹੋਣੇ ਚਾਹੀਦੇ। ਅਤੇ ਜੋ ਨਗਰ ਕੀਰਤਨਾਂ ਦੇ ਚੱਲਦੇ ਉਹ ਵੀ ਬੰਦ ਹੋਣੇ ਚਾਹੀਦੇ ਪਟਾਕੇ? ਹਾਂਜੀ, ਪਟਾਕੇ ਸਾਰੇ ਜਗ੍ਹਾ ਬੰਦ ਹੀ ਹੋਣੇ ਚਾਹੀਦੇ ਜਦੋਂ ਕੰਮ ਇਹੋ ਜਿਹਾ ਹੋ ਗਿਆ ਵਾ। ਐਡੇ ਬਟਾਲੇ ਵੀ ਕਾਂਡ ਹੋ ਗਿਆ, ਤੁਸੀਂ ਵੇਖਿਆ ਹੋਊਗਾ, ਉੱਥੇ ਕਾਫੀ ਬੰਦਿਆਂ ਡੈਥ ਹੋ ਗਈ ਸੀ ਅਤੇ ਇੱਥੇ ਤਰਨ ਤਰਨ ਵੀ ਹੈ। ਤੁਹਾਡੇ ਹਿਸਾਬ ਨਾਲ ਇਹ ਬੰਦ ਹੋਣੇ ਚਾਹੀਦੇ ਆ? ਇਹ ਬੰਦ ਹੋਣੇ ਚਾਹੀਦੇ, ਇਹਦੇ ਨਾਲ ਕੋਈ ਵੱਡੀ ਖੁਸ਼ੀ ਨਹੀਂ ਮਨਾਈ ਜਾਂਦੀ? ਨਹੀਂ। ਠੀਕ ਹੈ, ਧੰਨਵਾਦ ਹੈ ਜੀ। ਜੀ ਮੇਰੀ ਇਹਦੇ ਬਾਰੇ ਇਹ ਸੁਜੈਸ਼ਨ ਹੈ ਕਿ ਜਿਹੜਾ ਕੱਲ੍ਹ ਇਹ ਇੰਸੀਡੈਂਸ ਹੋਇਆ, ਬਹੁਤ ਭਿਆਨਕ ਇੰਸੀਡੈਂਸ ਹੋਇਆ ਵਾ ਜੀ, ਸਿੱਖ ਕੌਮ ਵਾਸਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਬੜਾ ਦੁੱਖ ਆ ਜੀ। ਔਰ ਜੋ ਵੀ ਸਾਡੇ ਇਹ ਜਿਹੜੇ ਹੁਣ ਨੌਜਵਾਨ ਨੇ ਅੱਗੇ, ਇਹ ਇੱਦਾਂ ਮਤਲਬ ਜਲਸਿਆਂ ਵਿੱਚ ਜਾ ਕੇ ਅਤੇ ਹੋਰ ਨਗਰ ਕੀਰਤਨਾਂ ਵਿੱਚ ਜਾ ਕੇ ਜੋ ਅਸੀਂ ਇਹ ਪਟਾਕਿਆਂ ਦੀ ਅੱਜ ਕੱਲ੍ਹ ਇਹ ਹੁੱਲੜਬਾਜੀ ਉਰਾ ਪੂਰਾ ਕਰਦੇ ਹਾਂ ਜੀ, ਮੇਰੇ ਖਿਆਲ ਨਾਲ ਜਦੋਂ ਤੱਕ ਮੇਰਾ ਵੀ ਜੋ ਮੇਰੀ ਸੋਚ ਕਹਿੰਦੀ ਮੁਤਾਬਕ ਇਹ ਠੀਕ ਨਹੀਂ ਗੀ। ਇਸ ਵਾਸਤੇ ਇੱਕ ਤਾਂ ਇਹਦੇ ਨਾਲ ਪੋਲਿਊਸ਼ਨ ਹੁੰਦਾ ਵਾ, ਸਾਡਾ ਜਿਹੜਾ ਐਟਮੋਸਫੇਅਰ, ਸਾਡਾ ਵਾਤਾਵਰਨ ਖਰਾਬ ਹੁੰਦਾ ਵਾ। ਦੂਸਰੀ ਗੱਲ ਕੀ ਹੈ ਕਿ ਇਹਦੇ ਨਾਲ ਕੋਈ ਨੁਕਸਾਨ ਹੋਣ ਦਾ ਵੀ ਡਰ ਹੁੰਦਾ, ਜਿਹੜਾ ਕਿ ਹੋ ਹੀ ਗਿਆ ਵਾ ਆਲਰੇਡੀ। ਇਸ ਵਾਸਤੇ ਸਾਨੂੰ ਇਹਨਾਂ ਚੀਜ਼ਾਂ ਤੋਂ ਗਰੇਜ਼ ਕਰਨੀ ਚਾਹੀਦੀ ਆ। ਹੋ ਜਿਹੜੀ ਬਾਬਾ ਦੀਪ ਸਿੰਘ ਨੇ ਜੋ ਸਿੱਖਿਆ ਉਹਨਾਂ ਦਿੱਤੀ ਸੀ ਮਹਾਂਪੁਰਸ਼ਾਂ ਨੇ, ਉਹ ਸ਼ਹੀਦਾਂ ਸਿੰਘਾਂ ਨੇ, ਉਹ ਸਿੱਖਿਆ ਕੁਛ ਹੋਰ ਸੀ, ਉਹਦੇ 'ਤੇ ਨਾ ਚੱਲ ਕੇ ਅਸੀਂ ਇਹ ਸਾਰੇ ਜਿਹੜੇ ਆ ਨਾ ਇਹ ਗਲਤ ਪਾਸੇ ਮੇਰੇ ਖਿਆਲ ਨਾਲ ਕਿ ਜਾ ਰਹੇ ਹਾਂ। ਅਤੇ ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ, ਸਾਨੂੰ ਕਿਸੇ ਗਰੀਬ ਦੀ ਮਦਦ ਕਰਨੀ ਚਾਹੀਦੀ ਆ, ਕਿਸੇ ਭੁੱਖੇ ਨੂੰ ਰੋਟੀ ਦੇਣੀ ਚਾਹੀਦੀ, ਜੋ ਕਿ ਇੱਕ ਸਿੱਖ ਦਾ ਇਤਿਹਾਸ ਆ ਔਰ ਸਿੱਖ ਦਾ ਕਰਮ ਬਣਦਾ, ਨਾ ਕਿ ਇਹ ਟਰਾਲੀ ਵਿੱਚ ਪਟਾਕੇ ਅਤੇ ਉਰਾ ਪੂਰਾ ਹੋਰ ਸਮਾਨ ਜੋ ਕੁਝ ਵੀ ਟਰੈਕਟਰਾਂ 'ਤੇ ਵੇਖੀਦਾ ਵਾ ਲਾ ਕੇ ਹੂਟਰ ਅਤੇ ਉਹ ਉਰੇ ਪੂਰਾ ਕਰਦੇ ਕੰਮ, ਇਹ ਸਭ ਇਹ ਗਲਤ ਆ। ਅਤੇ ਮੇਰੇ ਖਿਆਲ ਨਾਲ ਥੋੜ੍ਹੇ ਦਿਨਾਂ ਨੂੰ ਫਿਰ ਹੁਣ ਹੋਲਾ ਮਹੱਲਾ ਸ਼ੁਰੂ ਹੋਣ ਵਾਲਾ ਆ, ਫਿਰ ਉਹੀ ਕੰਮ ਸ਼ੁਰੂ ਹੋਣਾ ਆ। ਸੁਜੈਸ਼ਨ ਦਿਓ ਲੋਕਾਂ ਨੂੰ ਵੀ ਅਤੇ ਸਰਕਾਰਾਂ ਨੂੰ ਵੀ ਥੋੜ੍ਹਾ ਜਿਹਾ। ਨਹੀਂ, ਸਰਕਾਰ ਨੂੰ ਵੀ ਇਹਦੇ ਬਾਰੇ ਕਦਮ ਚੁੱਕਣੇ ਅਤੇ ਪ੍ਰਸ਼ਾਸਨ ਨੂੰ ਵੀ ਥੋੜ੍ਹਾ ਜਿਹਾ ਇਹਦੇ ਬਾਰੇ ਥੋੜ੍ਹੀ ਸਖਤੀ ਕਰਨੀ ਚਾਹੀਦੀ ਹੈ ਕਿ ਜਦੋਂ ਵੀ ਕੋਈ ਇਹੋ ਜਿਹਾ ਗੱਲ, ਪ੍ਰਸ਼ਾਸਨ ਵੀ ਬਿਲਕੁਲ ਇਹਨਾਂ ਨੂੰ ਇਸ ਵਾਸਤੇ ਨੌਜਵਾਨਾਂ ਨੂੰ ਸਮਝਾਏ, ਉਹਨਾਂ ਨੂੰ ਸਿੱਧੇ ਰਸਤੇ ਪਾਏ ਅਤੇ ਡੱਕੇ, ਅਸੀਂ ਆਪਣਾ ਸਿੱਖ ਇਤਿਹਾਸ ਪੜ੍ਹੀਏ, ਨਾ ਕਿ ਅਸੀਂ ਆਪਣਾ ਆਹ ਹੁੱਲੜਬਾਜ਼ੀਆਂ ਵਿੱਚ ਉਰਾ ਪੂਰਾ ਇਹਨਾਂ ਕੰਮਾਂ ਵਿੱਚ ਆਪਾਂ ਪਈਏ। ਧੰਨਵਾਦ ਜੀ। ਖਾਲਸਾ। ਕਾਫੀ ਨੁਕਸਾਨ ਹੈ, ਅੱਗੇ ਜਿਹੜੇ ਬਟਾਲੇ ਚੱਲੇ ਉਦੋਂ ਥੋੜੀ ਦੁਨੀਆ ਮਰੀ ਹੈ, ਉਦੋਂ ਵੀ ਤਾਂ ਬਥੇਰੀ ਮਰੀ ਸੀ। ਸਰਕਾਰ ਨੇ ਉਦੋਂ ਦਾ ਕੋਈ ਨਾ ਸੋਚਿਆ ਵੀ ਨਹੀਂ, ਸੋਚਣਾ ਚਾਹੀਦਾ ਹੈ ਨਾ, ਕਾਨੂੰਨ ਨਹੀਂ ਬਣਾਇਆ ਹੁੰਦਾ। ਹਾਂ ਚਲੋ ਚਲੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀਆਂ ਘਟਨਾ ਵੀ ਬੜੀ ਮੰਦਭਾਗੀ ਘਟਨਾ ਹੋਈ ਹੈ ਪਟਾਕਿਆਂ ਦੀ ਹੋਈ ਆ ਜੀ, ਇਸ ਜਿਹੜਾ ਨਾਲੇ ਪ੍ਰਦੂਸ਼ਣ ਫੈਲਦਾ, ਇਹ ਤਾਂ ਹੋਣਾ ਨਹੀਂ ਚਾਹੀਦਾ, ਇਹ 'ਤੇ ਬੈਨ ਹੋਣਾ ਚਾਹੀਦਾ। ਬੈਨ ਹੋਣਾ ਚਾਹੀਦਾ? ਹਾਂਜੀ, ਬਟਾਲੇ ਵੀ ਇਸ ਤਰ੍ਹਾਂ ਤੋਂ ਕੁਛ ਵੀ ਨਹੀਂ। ਹਾਂਜੀ, ਪਰ ਸਰਕਾਰ ਸੁੱਤੀ ਪਈ ਹੈ, ਜਾਗਦੀ ਨਹੀਂ ਸਰਕਾਰ, ਬਿਲਕੁਲ ਸੁੱਤੀ ਪਈ ਹੈ, ਬਿਲਕੁਲ ਸੁੱਤੀ ਪਈ ਹੈ, ਕੋਈ ਕਾਨੂੰਨ ਨਹੀਂ, ਕੋਈ ਕਾਨੂੰਨ ਲਾਗੂ ਨਹੀਂ। ਹਾਂਜੀ, ਔਰ ਕੱਲ੍ਹ ਵੀ ਉੱਥੇ MLA ਆਏ ਸੀ, ਉੱਥੇ ਦੋ ਅਗਨੀ ਉਤਰੀ ਆਇਆ ਸੀ, ਉੱਥੇ ਗਿੱਲ ਆਇਆ ਸੀ, ਇਹੀ ਕਹਿਣਗੇ ਕਾਨੂੰਨ ਬਣਾਵਾਂਗੇ। ਕਿੰਨੇ ਕਿੰਨੇ ਬੱਚੇ ਆਪਣੀ ਨੇ ਜਾਂ ਜਵਾਨਾਂ ਗਵਾਉਣ ਡੇ ਆ ਇਸ ਦੇ? ਕਿੰਨੇ ਉਹ ਲਾਸ਼ਾਂ, ਕਿੰਨੀਆਂ ਲਾਸ਼ਾਂ, ਕਿੰਨੇ ਘਰਾਂ 'ਚ ਚਿਰਾਗ ਬੁੱਝ ਗਿਆ, ਕਿੰਨੇ ਘਰਾਂ 'ਚ ਚਿਰਾਗ ਬੁੱਝ। ਹਾਂਜੀ, ਸੋ ਇਹਨਾਂ ਪਟਾਕਿਆਂ ਨਾਲ ਕੋਈ ਜ਼ਿਆਦਾ ਖੁਸ਼ੀ ਮਿਲਦੀ ਹੈ ਕਿ? ਨਹੀਂ ਨਹੀਂ, ਖੁਸ਼ੀ ਕੋਈ ਨਹੀਂ ਮਿਲਦੀ, ਪਟਾਕਿਆਂ ਨਾਲ ਖੁਸ਼ੀ ਨਹੀਂ ਨਹੀਂ ਮਿਲਦੀ। ਕੀ ਕਹੋਗੇ ਪ੍ਰਸ਼ਾਸਨ? ਪ੍ਰਸ਼ਾਸਨ ਨੂੰ ਜਾਗ ਪੈਣਾ ਚਾਹੀਦਾ, ਇਹਨੂੰ ਬੈਨ ਲਾਉਣਾ ਚਾਹੀਦਾ, ਹੋਣਾ ਚਾਹੀਦਾ ਕੰਮ, ਜਿਹੜੇ ਜਿਹਨਾਂ 'ਤੇ ਆਏ ਉਹਨਾਂ FIR ਵੀ ਦਰਜ ਕਰਨੀ ਚਾਹੀਦਾ, ਉਹਨੇ ਪਟਾਸ਼ ਦਿੱਤੀ ਆ। ਠੀਕ ਹੈ, ਵੇਖਿਆ ਤੁਸੀਂ ਸਿੰਘ ਜੀ ਨੇ ਕਿਹਾ ਕਿ ਜਿਨ੍ਹਾਂ ਨੇ ਇਹਨਾਂ ਪਟਾਸ਼ ਦਿੱਤੀ ਆ ਉਹਨਾਂ 'ਤੇ FIR ਦਰਜ ਹੋਣੀ ਚਾਹੀਦੀ ਹੈ, ਕੇਸ ਹੋਣਾ ਚਾਹੀਦਾ ਆ। ਹਾਂਜੀ, ਬਹੁਤ ਸੋਹਣਾ, ਠੀਕ ਹੈ, ਥੈਂਕ ਯੂ ਜੀ।
ਸਾਡੇ ਨਾਲ ਤੁਸੀਂ ਵੇਖ ਰਹੇ ਬੁੱਧੀਜੀਵੀ ਬੈਠੇ ਨੇ ਇਸ ਵੇਲੇ, ਉਹਨਾਂ ਨਾਲ ਮੈਂ ਗੱਲਬਾਤ ਕਰਦੇ ਹਾਂ। ਇਹਦੇ ਪਟਾਕਿਆਂ ਨਾਲ ਏਡੇ ਵੱਡੇ ਕਾਂਡ ਹੋ ਰਹੇ ਆ ਜੀ ਪਟਾਕੇ ਚਲਾਉਣ ਨਾਲ, ਤੁਸੀਂ ਕੀ ਚਾਹੁੰਦੇ ਇਹ ਚੱਲਣੇ ਚਾਹੀਦੇ ਕਿ ਨਹੀਂ? ਨਹੀਂ ਜੀ, ਇਹ ਬੰਦ ਕੀਤੇ ਜਾਣੇ ਚਾਹੀਦੇ ਆ ਜੀ, ਕਿਉਂਕਿ ਇਹਦੇ ਨਾਲ ਪੋਲਿਊਸ਼ਨ ਬੜੀ ਫੈਲਦੀ ਹੈ ਜੀ, ਔਰ ਐਵੇਂ ਪੈਸੇ ਦੀ ਬਰਬਾਦੀ ਹੁੰਦੀ ਆ, ਔਰ ਫਿਰ ਕਈ ਹਾਦਸੇ ਵੀ ਹੋ ਜਾਂਦੇ ਨੇ, ਕਈ ਬੱਚੇ ਚਲਾਉਣ ਲੱਗਿਆਂ ਫੱਟਰ ਵੀ ਹੋ ਜਾਂਦੇ ਨੇ। ਇਸ ਕਰਕੇ ਇਹ ਮੈਂ ਤਾਂ ਚਾਹੁੰਦਾ ਹਾਂ ਕਿ ਇਹ ਬੰਦ ਹੋਣੇ ਚਾਹੀਦੇ ਆ, ਔਰ ਅਗਰ ਬੱਚਿਆਂ ਨੇ ਥੋੜ੍ਹੇ ਬਹੁਤ ਵੀ ਕਰਨੇ ਤਾਂ ਫੁੱਲ ਝੜੀ ਵਰਗੀ ਛੋਟੀ ਛੋਟੀ ਚੀਜ਼ਾਂ ਬੇਸ਼ੱਕ ਚਲਾ ਕੇ ਆਪਣਾ ਮਤਲਬ ਦਿਲ ਖੁਸ਼ ਕਰ ਲੈਣ ਕਰ ਸਕਦੇ ਆ, ਅਦਰਵਾਈਜ਼ ਇਹ ਜਿਹੜੀਆਂ ਵੱਡੀਆਂ ਵੱਡੀਆਂ ਆਤਿਸ਼ਬਾਜ਼ੀਆਂ ਅਤੇ ਵੱਡੀਆਂ ਵੱਡੇ ਬੰਬ ਇਹ ਨਹੀਂ ਚਲਾਉਣੇ ਚਾਹੀਦੇ। ਜਿਹੜੀਆਂ ਦੁਕਾਨਾਂ ਜਿੱਥੋਂ ਮਿਲਦਾ ਜੀ ਸਾਰਾ ਸਿਸਟਮ ਮਿਲਦਾ ਆ, ਇਹ ਦੁਕਾਨਾਂ ਦਾ ਕੋਈ ਸਰਕਾਰ ਨੂੰ ਉਹਦਾ ਸਿਸਟਮ ਕੋਈ ਲਾਇਸੈਂਸ ਜਾਂ ਕਿਸ ਤਰ੍ਹਾਂ ਹੋਣਾ ਚਾਹੀਦਾ ਆ, ਇਹਦੇ ਬਾਰੇ ਤੁਹਾਡੇ ਕੀ ਵਿਚਾਰ? ਲਾਇਸੈਂਸ ਉਹਨਾਂ ਕੋਲ ਹੁੰਦੇ ਆ ਜੀ ਜੀ, ਉਹਦੇ ਤੋਂ ਬਗੈਰ ਤਾਂ ਨਹੀਂ ਕਰ ਸਕਦੇ। ਬਾਕੀ ਜਿਹੜੇ ਕਈ ਛੋਟੀਆਂ ਦੁਕਾਨਾਂ ਵਾਲੇ ਜਾਂ ਇੱਥੇ ਫੜੀਆਂ ਲਗਾਉਂਦੇ ਆ ਜੀ, ਉਹਨਾਂ ਦੇ ਵਿੱਚ ਉਹਨਾਂ ਕੋਲ ਲਾਇਸੈਂਸ ਨਹੀਂ ਹੁੰਦਾ, ਉਹ ਲਾਇਸੈਂਸ ਤੋਂ ਬਗੈਰ ਹੀ ਵੇਚਦੇ ਨੇ ਜੀ। ਜੀ, ਪਟਾਕੇ ਚਲਾਉਣਾ ਹੈ ਕਿ ਜਿਹੜੇ ਜਾਂ ਕੋਈ ਵਿਸਾਖੀ ਆ, ਦਿਵਾਲੀ ਆ, ਜਾਂ ਕੋਈ ਤਿਉਹਾਰ ਹੈ ਜੀ, ਉਹਦੇ ਨਾਲ ਇਹਨਾਂ ਜ਼ਿਆਦਾ ਖੁਸ਼ੀ 'ਚ ਵਾਧਾ ਹੁੰਦਾ ਕਿ ਜਾਂ ਨਹੀਂ? ਕੋਈ ਖੁਸ਼ੀ 'ਚ ਵਾਧਾ ਹੁੰਦਾ, ਪੈਸੇ ਦੀ ਬਰਬਾਦੀ ਹੁੰਦੀ ਹੈ, ਪੈਸੇ ਦੀ ਬਰਬਾਦੀ ਹੁੰਦੀ ਹੈ, ਪੈਸੇ ਦੀ ਬਰਬਾਦੀ, ਪ੍ਰਦੂਸ਼ਣ ਵਾਧੂ ਹੋ ਜਾਂਦਾ ਹੈ ਜੀ, ਅਤੇ ਬੱਚਿਆਂ ਨੂੰ ਬਹੁਤ ਸਾਰੀਆਂ ਹਾਦਸਾ ਹੁੰਦਾ। ਨਹੀਂ ਚੱਲਣਾ ਚਾਹੀਦਾ ਪਟਾਕੇ, ਨਹੀਂ ਚੱਲਣੇ ਚਾਹੀਦੇ, ਨਹੀਂ ਚੱਲਣੇ ਚਾਹੀਦੇ, ਨਹੀਂ ਚੱਲਣੇ ਚਾਹੀਦੇ, ਬੰਦ ਹੋਣੇ ਚਾਹੀਦੇ ਆ। ਕਈ ਪਟਾਕੇ ਹੱਥ 'ਚ ਹੀ ਚੱਲ ਜਾਂਦੇ ਆ, ਬਾਕੀ ਬਹੁਤ ਨੁਕਸਾਨ ਹੁੰਦਾ। ਇਹ ਨੋਟਾਂ ਨੂੰ ਹੀ ਅੱਗ ਲਾਉਣ ਵਾਲੀ ਗੱਲ ਹੈ, ਇਹ ਬੱਚਿਆਂ ਦੇ ਇੰਨਾ ਮੰਨਣ ਕਰਕੇ ਹੀ ਅਸੀਂ ਲੋਕ ਇਹ ਕੰਮ ਕਰਦੇ ਹਾਂ। ਵੈਸੇ ਤਾਂ ਇਹ ਹੋਣਾ ਹੀ ਨਹੀਂ ਚਾਹੀਦਾ, ਬੰਦ ਹੋਣੇ ਚਾਹੀਦੇ। ਤੁਸੀਂ ਵੇਖਿਆ ਕੱਲ੍ਹ ਕਿੱਡਾ ਵੱਡਾ ਨੁਕਸਾਨ ਹੋਇਆ, ਬਹੁਤ ਵੱਡਾ ਨੁਕਸਾਨ ਹੋਇਆ ਜੀ, ਕੱਲ੍ਹ ਬੱਚਿਆਂ ਦੀਆਂ ਜਾਨਾਂ ਗਈਆਂ। ਹਾਂਜੀ, ਉਹ ਛੋਟੇ ਛੋਟੀ ਉਮਰਾਂ ਦੇ ਬੱਚੇ ਹਲੇ, ਇੱਕ ਹਿਸਾਬ ਨਾਲ ਕੋਈ 14 ਦਾ, ਕੋਈ 15 ਦਾ ਜੀ, ਬਹੁਤ ਨੁਕਸਾਨ ਹੋਇਆ ਵਾ। ਇਹ ਬੰਦ ਹੋਣੇ ਚਾਹੀਦੇ, ਇਹ ਗੌਰਮੈਂਟ ਨੂੰ ਚਾਹੀਦਾ ਇਹ ਚੀਜ਼ ਨੂੰ ਬੰਦ ਕਰਨਾ। ਜਿੱਦਾਂ ਵੇਖਿਆ ਤੁਸੀਂ ਚੀਨੀ ਡੋਰਾਂ ਨਾਲ ਕਿੰਨੇ ਪੰਛੀ, ਬਹੁਤ ਮੈਂ ਕਹਿੰਦਾ ਲੋਕਾਂ ਦੇ ਗਲੇ ਕੱਟੇ ਗਏ ਨੇ, ਹੱਥ ਵੱਡੇ ਗਏ ਨੇ, ਇਹ ਚਾਈਨਾ ਡੋਰ ਵੀ ਬੰਦ ਹੋਣੀ ਚਾਹੀਦੀ ਹੈ। ਯਾਨੀ ਕਿ ਸਰਕਾਰ ਨੂੰ ਐਕਸ਼ਨ, ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ, ਪੂਰਾ ਐਕਸ਼ਨ ਲੈਣਾ ਚਾਹੀਦਾ ਜੀ। ਇੱਕ ਗੱਲ ਹੋਰ ਕਹਿਣੀ ਚਾਹੀਦੀ ਹੈ ਜੀ, ਕਿ ਇਹ ਚਾਈਨਾ ਡੋਰ ਬਿਲਕੁਲ ਜ਼ਰੂਰ ਬੰਦ ਹੋਣੀ ਚਾਹੀਦੀ ਹੈ, ਚਾਈਨਾ ਡੋਰ। ਹਾਂ ਬਿਲਕੁਲ, ਚਾਈਨਾ ਡੋਰ ਬੰਦ ਹੋਣੀ ਚਾਹੀਦੀ ਹੈ, ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ, ਪੰਛੀ ਵਿਚਾਰੇ ਮਰ ਜਾਂਦੇ ਨੇ, ਆਦਮੀਆਂ ਨੂੰ ਵੀ ਜਿਨ੍ਹਾਂ ਦੇ ਗਲਿਆਂ 'ਚ ਡੋਰ ਫਿਰ ਜਾਂਦੀ ਹੈ ਉਹਨਾਂ ਦੇ ਬੜੇ ਬੜੇ ਵੱਡੇ ਨੁਕਸਾਨ ਹੋ ਜਾਂਦੇ ਨੇ, ਬੱਚਿਆਂ ਦਾ ਵੀ ਮਤਲਬ ਹੱਥ ਕੱਟੇ ਜਾਂਦੇ ਨੇ। ਲੇਕਿਨ ਗੌਰਮੈਂਟ ਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ, ਲੇਕਿਨ ਗੌਰਮੈਂਟ ਕੱਖ ਨਹੀਂ ਕਰਦੀ ਬਈ। ਇਹ ਦੱਸੋ ਕਿ ਅਗਰ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੋਂ ਤਾਂ ਇਹ ਜਿਹੜੀ ਡੋਰ ਇਸ ਹਿੰਦੁਸਤਾਨ ਦੇ ਵਿੱਚ ਆਉਂਦੀ ਪਈ ਹੈ, ਅਗਰ ਉਹ ਵੱਡੀ ਸਾਡੀ ਗੌਰਮੈਂਟ ਹੈ ਉਹ ਇਹਨੂੰ ਨਹੀਂ ਬੰਦ ਕਰ ਸਕਦੀ ਤਾਂ ਹੋਰ ਕੀ ਕਰੂਗੀ? ਅਗਰ ਉਹ ਡੋਰ ਨਹੀਂ ਬੰਦ ਕਰ ਸਕਦੇ, ਡੋਰ ਨਹੀਂ ਬੰਦ ਕਰ ਸਕਦੇ, ਇੱਕ ਛੋਟੀ ਜਿਹੀ ਡੋਰ ਨਹੀਂ ਬੰਦ ਕਰ ਸਕਦੇ ਤਾਂ ਹੋਰ ਕੀ ਕਰਨਗੇ? ਇਹ ਕੀ ਇਹਨਾਂ ਕੋਲੋਂ ਉਮੀਦਾਂ ਰੱਖੀਆਂ ਜਾ ਸਕਦੀਆਂ? ਕਿਉਂ ਨਹੀਂ ਬੰਦ ਕਰਦੇ? ਪ੍ਰਸ਼ਾਸਨ ਕੋਲੋਂ ਵੇਖਿਓ ਤੁਸੀਂ, ਜਿੰਨੇ ਨਾਗਰਿਕ ਨੇ ਉਹ ਬੁੱਧੀਜੀਵੀ ਸਿਆਣੇ ਪੜ੍ਹੇ ਵੱਡੇ ਵੱਡੀਆਂ ਤਜਰਬਾ ਹੈ ਉਹਨਾਂ ਜ਼ਿੰਦਗੀ ਦਾ, ਉਹ ਕਹਿ ਰਹੇ ਕਿ ਅਗਰ ਇੱਕ ਪ੍ਰਸ਼ਾਸਨ, ਤੁਸੀਂ ਵੇਖ ਰਹੇ ਕਿ ਪ੍ਰਸ਼ਾਸਨ ਡੋਰ ਨਹੀਂ ਬੰਦ ਕਰ ਸਕਦੀ, ਅਗਰ ਪ੍ਰਸ਼ਾਸਨ ਇਹ ਪਟਾਕੇਬਾਜ਼ੀ ਨਹੀਂ ਬੰਦ ਕਰ ਸਕਦੀ ਤਾਂ ਉਹ ਜਨਤਾ ਵਾਸਤੇ ਹੋਰ ਕੀ ਕਰੂਗੀ? ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ? ਪ੍ਰਸ਼ਾਸਨ ਨੂੰ ਇਹ ਕੀ ਹੈ, ਡੋਰ ਬੰਦ ਕਰਨੀ ਚਾਹੀਦੀ ਹੈ ਜੀ। ਇਸ ਬਾਰੇ ਇਹ ਜਨਤਾ ਨੇ ਚਾਹੀਦਾ ਕਿ ਆਪਣੇ ਇਹ ਡੋਰਾਂ ਪਿੱਛੇ ਨਾ ਹੀ ਲੈਣ, ਜਿੰਨੇ ਵੀ ਖਰੀਦਣ ਵਾਲੇ ਹੈ ਇਹ ਪਿੱਛੇ ਹਟਣਾ ਡੋਰ ਤੋਂ, ਇਹ ਬੜਾ ਨੁਕਸਾਨ ਕਰਦੀ ਹੈ। ਪਟਾਕੇਬਾਜ਼ੀ ਜੀ, ਪਟਾਕੇ ਵੀ ਮੈਂ ਗੌਰਮੈਂਟ ਨੂੰ ਚਾਹੀਦੇ ਆ ਬੰਦ ਕਰਨੇ ਚਾਹੀਦੇ ਆ, ਇਹਦੇ ਨਾਲ ਵੀ ਬੱਚਿਆਂ ਦਾ ਨੁਕਸਾਨ ਹੈ, ਬੜਾ ਨੁਕਸਾਨ ਹੁੰਦਾ, ਇਹ ਵੀ ਗੌਰਮੈਂਟ ਨੂੰ ਚਾਹੀਦਾ ਵੱਧ ਤੋਂ ਵੱਧ ਇਹ 'ਤੇ ਪਾਬੰਦੀ ਲਾਈ ਜਾਵੇ। ਧੰਨਵਾਦ ਜੀ।
ਦੇਖੋ ਜੀ, ਸਭ ਤੋਂ ਵੱਡੇ ਨੁਕਸਾਨ ਹੈਗਾ ਕਿ ਜਿਹੜਾ ਬਰੂ ਚੱਲਦਾ ਉਹ ਪਟਾਕੇ ਚੱਲਦੇ, ਦੁਨੀਆ ਦਾ ਨੁਕਸਾਨ ਹੈ ਇਹ 'ਚ, ਬਹੁਤ ਜ਼ਿਆਦਾ ਨੁਕਸਾਨ ਦੁਨੀਆ ਦਾ ਹੁੰਦਾ। ਜਿਹੜੀ ਚਾਈਨਾ ਡੋਰ ਚੱਲਦੀ ਪਈ, ਇਹ ਤਾਂ ਬਹੁਤ ਲੋਕਾਂ ਦੇ ਗਲੇ ਨੱਕ ਕੱਟੇ ਜਾਂਦੇ ਨੇ, ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਇਸ ਕਰਕੇ ਇਹ ਗੌਰਮੈਂਟ ਨੂੰ ਬੰਦ ਕਰਨਾ ਚਾਹੀਦਾ। ਜਦ ਗੌਰਮੈਂਟ ਰੱਲੀ ਹੋਈ ਤਾਂ ਇਸ ਤੋਂ ਬਾਅਦ ਜੇ ਗੌਰਮੈਂਟ ਹਟਾਏਗੀ ਤਾਂ ਸਭ ਕੁਝ ਹਟ ਸਕਦਾ, ਨਹੀਂ ਤਾਂ ਜੇ ਗੌਰਮੈਂਟ ਬੰਦ ਨਾ ਕਰੇਗੀ ਤਾਂ ਕੁਛ ਬੰਦ ਨਹੀਂ ਹੋ ਸਕਦਾ। ਜੇ ਗੌਰਮੈਂਟ ਦੀ ਸਭ ਕੁਛ ਕਰ ਸਕੇਗੀ ਤੇ ਸਭ ਕੁਛ ਬੰਦ ਹੋਏਗਾ, ਨਹੀਂ ਤੇ ਗੌਰਮੈਂਟ ਦੇ ਰਾਹੀਂ ਸਭ ਕੁਛ ਹੋ ਸਕਦਾ। ਪਟਾਕੇ ਤੇ ਖਾਸ ਕਰਕੇ ਬੰਦ ਹੋਣੇ ਚਾਹੀਦੇ, ਕਿਉਂਕਿ ਜੋ ਵੀ ਤਿਉਹਾਰ ਹੁੰਦਾ, ਜੋ ਵੀ ਦਿਨ ਵਾਰ ਹੁੰਦੇ ਆ ਗੁਰੂ ਦੇ, ਕਿਉਂ ਪਟਾਕੇ ਜਲਾ ਜਲ, ਇਹਦੇ ਵਿੱਚ ਨੁਕਸਾਨ ਦੁਨੀਆ ਦਾ ਹੀ ਹੁੰਦਾ। ਕਿਤੇ ਅੱਗ ਲੱਗ ਸਕਦੀ, ਕਿਤੇ ਕੁਛ ਹੋ ਸਕਦਾ। ਅੱਗੇ ਜਲੰਧਰ 'ਚ ਅੱਗ ਲੱਗੀ, ਠੀਕ ਹੈ ਜੀ, ਨੁਕਸਾਨ ਬਟਾਲੇ, ਨੁਕਸਾਨ ਬਹੁਤ, ਤਰਨ ਤਾਰਨ ਹੋਇਆ ਜੀ, ਬਹੁਤ ਨੁਕਸਾਨ ਹੋਇਆ। ਇਹਦਾ ਬੈਨੀਫਿਟ ਕੋਈ ਨਹੀਂ ਹੈਗਾ ਕਿਸੇ ਨੂੰ, ਨੁਕਸਾਨ ਲੋਕ ਮਰ ਜਾਂਦੇ ਨੇ, ਇਹ 'ਚ ਕੋਈ ਗੌਰਮੈਂਟ ਕਿਸੇ ਨੂੰ ਕੁਛ ਨਹੀਂ ਦਿੰਦੀ, ਲੋਕਾਂ ਦੇ ਘਰ ਉਜੜ ਜਾਂਦੇ ਨੇ। ਬਸ ਮੈਂ ਇਹੋ ਹੀ ਕਹੂੰਗਾ ਸਰ, ਥੈਂਕ ਯੂ। ਠੀਕ ਹੈ ਜੀ, ਠੀਕ, ਧੰਨਵਾਦ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ। ਸਰਬੱਤ ਸੰਗਤ ਨੂੰ ਇਹ ਬੇਨਤੀ ਆ ਕਿ ਜਿਹੜਾ ਆਪਾਂ ਨਗਰ ਕੀਰਤਨਾਂ ਅਤੇ ਪਟਾਕੇ ਅਸਤਬਾਜ਼ੀ ਕੋਈ ਵੀ ਚਲਾਉਂਦੇ ਹਾਂ, ਇਹ ਨਹੀਂ ਚਲਾਉਣੇ ਚਾਹੀਦੇ, ਇਹਦੇ ਨਾਲ ਸਾਡਾ ਨੁਕਸਾਨ ਆ ਜੀ। ਇਸ ਕੰਮ ਸਾਨੂੰ ਨਹੀਂ ਕਰਨੇ ਚਾਹੀਦੇ ਜੀ, ਕਿਉਂਕਿ ਆਪਾਂ ਨੂੰ ਜੇ ਗੁਰੂ ਦੀ ਖੁਸ਼ੀ ਲੈਣੀ ਆ ਤਾਂ ਫਿਰ ਸਾਨੂੰ ਉਹਦੇ ਨਾਮ ਸਿਮਰਨ ਹੀ ਕਰਨਾ ਚਾਹੀਦਾ ਆ, ਉਹਨਾਂ ਦੇ ਤਰੀਕੇ ਦੇ ਨਾਲ ਹੀ ਸਾਨੂੰ ਚੱਲਣਾ ਚਾਹੀਦਾ ਆ, ਅਤੇ ਆਪਾਂ ਇਹ ਕੰਮ ਫਜ਼ੂਲ ਖਰਚੇ ਆ ਸਾਰੇ ਨਹੀਂ ਕਰਨੇ ਚਾਹੀਦੇ ਆਪਾਂ ਨੂੰ। ਨਗਰ ਕੀਰਤਨ ਬੜਾ ਵੱਡਾ ਬਣਾ ਕੇ ਜਾਂਦੇ ਹਾਂ ਅਸੀਂ, ਟਰਾਲੀਆਂ ਟਿੱਟ ਲੈਂਦੇ ਹਾਂ। ਅਗਲੇ ਮਹੀਨੇ ਫਿਰ ਸਿੰਘ ਸਾਹਿਬ, ਅਗਲੇ ਮਹੀਨੇ ਤੁਸੀਂ ਵੇਖ ਰਹੇ ਜੇ ਕਿ ਆਪਣਾ ਹੋਲਾ ਮਹੱਲਾ ਆ ਰਿਹਾ ਆ, ਅਤੇ ਹੋਲੇ ਮਹੱਲੇ 'ਤੇ ਬਹੁਤ ਜ਼ਿਆਦਾ ਮੁੰਡੇ ਖਰੀਦ ਕਰਦੇ ਆ, ਇਹਨਾਂ ਬਾਰੇ ਕੁਛ ਦੱਸ ਦਿਓ। ਇਹ ਤਾਂ ਭਾਅ ਜੀ ਇੱਕ ਆਪਾਂ ਜਿੱਦਾਂ ਸੋਚ ਲਈਏ ਕਿ ਬੜੀ ਤਕੜੀ ਗਲਤੀ ਆ ਜੀ, ਕਿਉਂਕਿ ਅਸੀਂ ਤਾਂ ਖੁਸ਼ੀ ਲੈਣ ਵਾਸਤੇ ਜਾਣਾ ਮਹਾਰਾਜ ਦੀ, ਆਪਾਂ ਖੁਸ਼ੀ ਲੈਣ ਜਾਣਾ, ਅਤੇ ਖੁਸ਼ੀਆਂ ਤਾਂ ਅਸੀਂ ਦੂਰ ਦੀ ਗੱਲ ਵੀ ਆਪਾਂ ਨੂੰ ਤਾਂ ਆਪਣੇ ਆਪ ਦਾ ਨਹੀਂ ਪਤਾ ਹੁੰਦਾ, ਬਹੁਤੇ ਜਾਣੇ ਤਾਂ ਜਾ ਕੇ ਉੱਥੇ ਨਸ਼ਾ ਪਤਾ ਕਈ ਕੁਛ ਵਗੈਰਾ ਵਗੈਰਾ ਕਰਦੇ ਆ, ਪਰ ਅਸੀਂ ਤਾਂ ਸਿਰਫ ਮੈਂ ਇਹ ਸਲਾਹ ਦਊਂਗਾ ਸਰਬੱਤ ਸੰਗਤ ਨੂੰ ਵੀ ਜਾਓ ਗੁਰਦੁਆਰਾ ਸਾਹਿਬ, ਧਾਰਮਿਕ ਸਥਾਨਾਂ 'ਤੇ ਜਾਓ ਅਤੇ ਗੁਰੂ ਦੀ ਖੁਸ਼ੀ ਲਓ, ਮਹਾਰਾਜ ਤੁਹਾਡੇ 'ਤੇ ਕਿਰਪਾ ਕਰੂਗਾ, ਤਾਂ ਹੀ ਤਾਂ ਅਸੀਂ ਦੁੱਖ ਵੇਂਦੇ ਹਾਂ ਜੇ ਉਹਨਾਂ ਨੂੰ ਦੁਖੀ ਕਰਦੇ ਹਾਂ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਿੰਘ ਸਾਹਿਬ ਦਾ ਤੁਸੀਂ ਵੇਖਿਆ ਕਿੰਨੀਆਂ ਪਿਆਰੀਆਂ ਗੱਲਾਂ ਉਹਨਾਂ ਕੀਤੀਆਂ ਕਿ ਅਸੀਂ ਦੁਖੀ ਕਿਉਂ ਹੁੰਦੇ ਹਾਂ, ਕਿਉਂਕਿ ਅਸੀਂ ਮਹਾਰਾਜ ਦੇ ਕੰਮਾਂ ਨੂੰ ਵਿਘਨ ਪਾਉਂਦੇ ਹਾਂ ਅਤੇ ਅਸੀਂ ਉਹਨਾਂ ਨੂੰ ਦੁਖੀ ਕਰਦੇ ਹਾਂ ਅਤੇ ਅਸੀਂ ਵੀ ਗਾੜੀ ਦੁਖੀ ਹੁੰਦੇ ਹਾਂ। ਹਾਂਜੀ ਸਿੰਘ ਜੀ, ਸਭ ਤੋਂ ਪਹਿਲਾਂ ਚਾਈਨਾ ਡੋਰ ਬੰਦ ਕਰਨੀ ਚਾਹੀਦੀ ਆ, ਬਹੁਤ ਹੀ ਖਤਰਨਾਕ ਡੋਰ ਹੈ ਜੀ। ਮੇਰਾ ਕੱਲ੍ਹ ਇੱਕ ਦੋਸਤ ਸੀ, ਪਰਸੋਂ ਚੌਥ ਦੀ ਗੱਲ ਹੋ ਰਹੀ ਜੀ, ਉਸੇ ਡੋਰ ਨਾਲ ਉਹਦੇ ਇੱਥੇ ਸਾਰਾ ਕੁਛ ਫਿਰ ਗਿਆ, ਉਹਦੇ ਸਾਰੇ ਇੱਥੇ ਜ਼ਖਮ ਅਤੇ ਜ਼ਖਮ, ਉਹ ਡੋਰ ਓਪਰੇਸ਼ਨ ਕਰਕੇ ਵਿੱਚੋਂ ਕੱਢਣੀ ਪਈ, ਡੋਰ ਇੰਨੀ ਜ਼ਰੂਰੀ ਅੰਦਰ ਫਸ ਗਈ ਹੈ, ਚਾਈਨਾ ਡੋਰ ਬਹੁਤ ਖਤਰਨਾਕ ਹੈ। ਬਾਕੀ ਜਿਹੜੀ ਹੈ ਕਿ ਪਟਾਕਿਆਂ ਵਾਲੀ ਗੱਲ ਹੈ, ਉਹ ਵੀ ਨਹੀਂ ਚੱਲਣੇ ਚਾਹੀਦੇ, ਕਿਉਂਕਿ ਨਗਰ ਕੀਰਤਨ 'ਤੇ ਕਾਫੀ ਸਾਰੇ ਲੋਕ ਹੁੰਦੇ ਨੇ, ਕਾਫੀ ਸਾਰੀ ਭੀੜ ਹੁੰਦੀ ਹੈ, ਅਤੇ ਕਿਤੇ ਵੀ ਕੋਈ ਵੀ ਪਟਾਕਾ ਕਿਤੇ ਵੀ ਜਾ ਕੇ ਵੱਜ ਸਕਦਾ, ਕਿਤੇ ਪਟਾਕਾ ਵੱਜ ਸਕਦਾ। ਅਤੇ ਜਿਹੜੇ ਆ ਕਿ ਟਰਾਲੀ ਵਿੱਚ ਭਰਿਆ ਹੋਇਆ ਸੀ ਬਾਰੂਦ, ਉਹਦੇ ਵਿੱਚ ਉਹਨੇ ਅੱਗ ਲੱਗ ਗਈ, ਅਤੇ ਜਿਹਦੇ ਕਾਰਨ ਫਟਿਆ ਤਾਂ ਕਾਫੀ ਨੁਕਸਾਨ ਹੋਇਆ, ਜੋ ਕਿ ਬੜਾ ਹੀ ਬੁਰੀ ਗੱਲ ਹੈ, ਅਤੇ ਇਹ ਨਹੀਂ ਚੱਲਣੇ ਚਾਹੀਦੇ, ਬਹੁਤ ਗਲਤ, ਬੈਨ ਹੋਣਾ ਚਾਹੀਦਾ। ਕੀ ਇਹ ਨਗਰ ਕੀਰਤਨਾਂ ਦੇ ਜਾਂ ਦਿਵਾਲੀ ਵਿਸਾਖੀ ਦੇ ਪੂਰੇ ਭਾਰਤ ਦੇਸ਼ ਇਹ ਪਟਾਕੇ ਚਲਾਉਂਦੇ ਆ, ਇਹ ਇਹਨਾਂ ਕੋਈ ਜ਼ਿਆਦਾ ਖੁਸ਼ੀ ਮਿਲਦੀ ਹੈ? ਖੁਸ਼ੀ ਨਹੀਂ ਮਿਲਦੀ, ਇੱਕ ਤਾਂ ਪ੍ਰਦੂਸ਼ਣ ਬੜਾ ਹੁੰਦਾ, ਪ੍ਰਦੂਸ਼ਣ ਬਹੁਤ ਜ਼ਿਆਦਾ ਹੁੰਦਾ, ਜਿਨ੍ਹਾਂ ਨਾਲ ਸਾਹ ਲੋਕਾਂ ਦੇ ਬਹੁਤ ਹੀ ਲੈਣਾ ਮੁਸ਼ਕਿਲ ਹੋ ਜਾਂਦਾ ਜੀ, ਮਤਲਬ ਕਿ ਇਹਨਾਂ ਦਾ ਬੈਨ ਤਾਂ ਜ਼ਰੂਰੀ ਚਾਹੀਦਾ। ਪਰ ਕਈ ਲੋਕ ਜਿਨ੍ਹਾਂ ਦੇ ਕਾਰੋਬਾਰ ਵੀ ਬੜੇ ਆ, ਕਾਫੀ ਲੋਕ ਇਹਨਾਂ 'ਤੇ ਮਤਲਬ ਕਿ ਲੱਗੇ ਹੋਏ ਆ, ਕਾਰੋਬਾਰ ਚੱਲਦਾ ਉਹਨਾਂ ਦਾ ਜੀ,
ਅਤੇ ਇਸ ਪਟਾਕਿਆਂ ਤੋਂ ਵੀ ਚੱਲਦਾ, ਬਟ ਠੀਕ ਹੈ, ਨੋਰਮਲ ਚਲਾਉਣੇ ਚਾਹੀਦੇ, ਇੰਨੇ ਜ਼ਿਆਦਾ ਨਹੀਂ ਚਲਾਉਣੇ ਚਾਹੀਦੇ ਕਿ ਜਨ ਸਾਰਿਆਂ ਦਾ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਬਸ। ਯਾਨੀ ਕਿ ਉਹਨਾਂ ਕੋਲ ਜਿਹਨਾਂ ਕੋਲ ਲਾਇਸੈਂਸ ਹੈ ਉਹਨਾਂ ਨੂੰ ਇਹਨਾਂ ਹਦਾਇਤ ਹੋਣੀ ਚਾਹੀਦੀ ਵੀ ਕਿੰਨਾ ਇੱਕ ਬੱਚੇ ਨੂੰ ਕਿੰਨਾ ਦੇਣਾ ਹੈ ਜਾਂ ਕਿਸ ਤਰ੍ਹਾਂ, ਇਹ ਕਹਿਣਾ ਚਾਹੁੰਦੇ? ਚਲੋ ਠੀਕ ਹੈ, ਉਹ ਮੰਨਦੇ ਹਾਂ, ਬਟ ਥੋੜ੍ਹੇ ਬਹੁਤੇ ਦੇਣੇ ਚਾਹੀਦੇ, ਜ਼ਿਆਦਾ ਨਹੀਂ ਦੇਣੇ ਚਾਹੀਦੇ, ਦੇਣੇ ਚਾਹੀਦੇ, ਕਿਉਂਕਿ ਇਹ ਤਾਂ ਨੁਕਸਾਨ ਹੀ ਹੁੰਦਾ, ਪ੍ਰਦੂਸ਼ਣ ਹੀ ਹੁੰਦਾ। ਅਤੇ ਆਪਣੇ ਪੰਜਾਬ 'ਚ ਅੱਗੇ ਹੀ ਬਹੁਤ ਪ੍ਰਦੂਸ਼ਣ ਹੈ, ਦਿੱਲੀ 'ਚ ਇੰਨਾ ਪ੍ਰਦੂਸ਼ਣ, ਸਭ ਬੰਨੇ ਪ੍ਰਦੂਸ਼ਣ ਹੀ ਪ੍ਰਦੂਸ਼ਣ ਹੈ। ਇਸ ਕਰਕੇ ਜ਼ਿਆਦਾ ਨਹੀਂ ਚਲਾਉਣੇ ਚਾਹੀਦੇ, ਬਿਲਕੁਲ ਨੋਰਮਲ ਤਰੀਕੇ ਨਾਲ ਆਪਣਾ ਖੁਸ਼ੀ ਜ਼ਾਹਰ ਕਰੋ, ਬਸ ਉਨੇ ਕੀ ਚਲਾਉਣੇ ਚਾਹੀਦੇ ਕਿ ਕਿਸੇ ਦਾ ਨੁਕਸਾਨ ਨਾ ਹੋਵੇ। ਧੰਨਵਾਦ ਜੀ। ਸਾਡੇ ਨਾਲ ਹੋਰ ਸਿੰਘ ਖੜੇ, ਉਹਨਾਂ ਨਾਲ ਇਹੀ ਗੱਲ ਕਰਦੇ ਹਾਂ। ਅਸੀਂ ਜੀ, ਤੁਸੀਂ ਕੀ ਕਹੋਗੇ ਇਹਨਾਂ ਬਾਰੇ? ਪਟਾਕੇ ਤਾਂ ਬੈਨ ਹੋਣੇ ਚਾਹੀਦਾ ਨਗਰ ਕੀਰਤਨ 'ਤੇ ਜਾਣ ਜੀ, ਨਗਰ ਕੀਰਤਨ 'ਤੇ ਟਰਾਲੀ ਦੀ ਕੋਈ ਗੱਲ ਨਹੀਂ, ਬਸ ਇਹ ਆ ਕਿ ਪਟਾਕਿਆਂ ਦੇ ਬੈਨ ਹੋਣਾ ਚਾਹੀਦਾ, ਪਟਾਕੇ ਪੱਕੇ ਬੈਨ ਹੋਣੇ ਚਾਹੀਦੇ। ਹਾਂਜੀ ਹਾਂਜੀ, ਨਗਰ ਕੀਰਤਨ ਦੇ ਖਾਸ ਕਰਕੇ ਉਹ ਜਾਪ ਕਰਦੇ ਜਾਣ। ਹਾਂਜੀ ਹਾਂਜੀ, ਰੱਬ ਦਾ ਨਾਂ ਲੈਣ ਜਿਹੜੇ ਕੰਮ ਆਏ ਆ, ਜਿਹੜੇ ਕੰਮ ਆਏ। ਹਾਂ, ਅਸਲ 'ਚ ਨਗਰ ਕੀਰਤਨ ਦਾ ਹੁੰਦਾ ਹੀ ਆ ਕਿ ਬਲਕਿ ਜਾਪ ਕਰਨਾ ਅਤੇ ਇੱਕ ਸੰਚੇਤ ਦੇਣਾ, ਸੰਦੇਸ਼ ਦੇਣਾ ਦੁਨੀਆ ਨੂੰ ਨਗਰ ਕੀਰਤਨ 'ਤੇ। ਪਟਾਕੇ ਵਾਲਾ ਤਾਂ ਕੋਈ ਕੰਮ ਹੋਣਾ ਹੀ ਨਹੀਂ ਚਾਹੀਦਾ, ਕਿਉਂਕਿ ਪਟਾਕੇ ਤਾਂ ਇੱਕ ਬੈਨ ਕਰਨੇ ਚਾਹੀਦੇ ਨਗਰ ਕੀਰਤਨ ਦੇ। ਸੋ ਤੁਸੀਂ ਵੇਖਿਆ ਵੀਰਾਂ ਨੇ ਕਿਹਾ ਕਿ ਜਿਹੜੇ ਨਗਰ ਕੀਰਤਨ ਆ ਉਹ ਇੱਕ ਗੁਰੂ ਮਹਾਰਾਜ ਦਾ ਜਾਂ ਸਾਡੇ ਸ਼ਹੀਦਾਂ ਦਾ ਉਹ ਸੁਨੇਹਾ ਆ। ਅਸਲ 'ਚ ਉਹਨਾਂ ਨੇ ਕੀ ਕੀਤਾ ਕੌਮ ਲੋਕਾਂ ਲਈ, ਕੀ ਆਮ ਜਨਤਾ ਲਈ, ਆਪਣੀ ਕੌਮ ਲਈ ਕੀ ਕੀਤਾ, ਇਹ ਸੁਨੇਹਾ ਦੇਣ ਦਾ ਇੱਕ ਜ਼ਰੀਆ ਆ ਜੋ ਨਗਰ ਕੀਰਤਨ ਲੈ ਕੇ ਜਾਂਦੇ ਆ, ਉਹ ਮੈਸੇਜ ਦੇਣਾ, ਮਤਲਬ ਉਹਨਾਂ ਦਾ ਇਹ ਮੈਸੇਜ ਆ, ਨਾ ਕਿ ਪਟਾਕੇ ਚਲਾਉਣੇ ਜਾਂ ਕੋਈ ਹੋਰ ਕੰਮ ਕਰਨਾ, ਉਹ ਇਹਦੇ ਮੈਸੇਜ ਦੇ ਬਿਲਕੁਲ ਬਰਖਿਲਾਫ ਜਾਂਦਾ ਆ। ਸ਼ੁਕਰੀਆ ਜੀ ਜੀ। ਹੈਲੋ, ਇਹ ਜਿਹੜੀ ਆਤਿਸ਼ਬਾਜ਼ੀ ਕਰਕੇ ਕਿੰਨੀਆਂ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਜੀ, ਇਹ ਗੌਰਮੈਂਟ ਨੂੰ ਇਸ 'ਤੇ ਬੈਨ ਲਾਉਣਾ ਚਾਹੀਦਾ ਹੈ ਜੀ। ਦੇਖੋ ਜੀ, ਕਿੰਨੀਆਂ ਬੱਚੇ ਆ ਬੇਘਰ ਰੋ ਰਹੇ ਆ, ਉਹ ਡੈਥ ਹੋ ਰਹੀ ਉਹਨਾਂ ਦੀ, ਇਹ ਪਟਾਕੇ 'ਤੇ ਗੌਰਮੈਂਟ ਨੂੰ ਬੈਨ ਲਾਉਣਾ ਚਾਹੀਦਾ ਵਾ। ਹਾਂਜੀ, ਇਹਦਾ ਕੋਈ ਪੋਲਿਊਸ਼ਨ 'ਤੇ ਵੀ ਅਸਰ ਪੈਂਦਾ ਹੈ? ਬਹੁਤ ਜ਼ਿਆਦਾ ਪੋਲਿਊਸ਼ਨ 'ਤੇ ਬਹੁਤ ਅਸਰ, ਕਿੰਨੇ ਲੋਕ ਬਿਮਾਰ ਹੁੰਦੇ ਨੇ, ਪੈਸੇ ਦੀ ਬਰਬਾਦੀ ਹੁੰਦੀ, ਬਹੁਤ ਜ਼ਿਆਦਾ ਪੈਸੇ ਦੀ ਬਰਬਾਦੀ ਹੈ ਜੀ, ਬਹੁਤ ਜ਼ਿਆਦਾ ਕਿੰਨਾ ਪੂਰੇ। ਹਾਂਜੀ ਹਾਂਜੀ ਹਾਂਜੀ, ਬਹੁਤ ਜ਼ਿਆਦਾ ਨੁਕਸਾਨ ਦਾ, ਗੌਰਮੈਂਟ ਨੂੰ ਇਸ ਨੂੰ ਬੈਨ ਹੀ ਕਰ ਦੇਣਾ ਚਾਹੀਦਾ ਜੀ, ਚਾਹੇ ਕੋਈ ਵੀ ਆ, ਕਿਸੇ ਜਾਤੀ, ਕਿਸੇ ਧਰਮ ਦਾ। ਹਾਂਜੀ ਹਾਂਜੀ ਹਾਂਜੀ, ਹੋਣਾ ਚਾਹੀਦਾ ਉਹਦੇ ਤੇ ਇਹ ਆਤਿਸ਼ਬਾਜ਼ੀ ਆ। ਹਾਂਜੀ ਹਾਂਜੀ ਹਾਂਜੀ, ਇਹ ਬੈਨ ਹੋਣੀ ਚਾਹੀਦੀ, ਬੈਨ ਹੋਣੀ ਚਾਹੀਦੀ ਜੀ, ਬਿਲਕੁਲ ਜੀ, ਕਾਨੂੰਨ ਬਣਾਉਣਾ ਚਾਹੀਦਾ ਹੈ, ਸਰਕਾਰ ਨੂੰ ਬਿਲਕੁਲ ਕਾਨੂੰਨ ਬਣਾਉਣਾ ਚਾਹੀਦਾ, ਬਹੁਤ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ, ਜਿਹੜੇ ਪਟਾਕਾ ਮਾਰਕੀਟ ਨੂੰ ਜਿਹੜੇ ਹੋਲਸੇਲ ਦੇ ਕੰਮ ਕਰਦੇ ਸਾਰੇ ਬੰਦ ਕਰਾ ਦੇਣੇ ਚਾਹੀਦੇ ਨੇ, ਇਹ ਬੰਦ ਕਰਾ ਦੇਣੇ ਚਾਹੀਦੇ। ਹਾਂਜੀ, ਗਵਰਨਮੈਂਟ ਬਿਲਕੁਲ ਇਹਨੂੰ ਬੈਨ ਕਰ ਦੇਣਾ ਚਾਹੀਦਾ ਹੈ, ਬਿਲਕੁਲ ਬੈਨ ਕਰਨਾ। ਹਾਂਜੀ, ਬਿਲਕੁਲ ਬੈਨ ਕਰ ਦੇਣਾ ਚਾਹੀਦਾ, ਤਾਂ ਕਿ ਇਹ ਗਾਂ ਵਾਸਤੇ ਜਿਹੜੀਆਂ ਇਹ ਜਿਹੜੇ ਕੰਮ ਹੋ ਰਹੇ ਇਹ ਸਾਰੇ ਬੰਦ ਹੋ ਜਾਣੀਆਂ ਚਾਹੀਦੀਆਂ, ਨਜਾਇਜ਼ ਮੌਤਾਂ ਹੋ ਰਹੀਆਂ ਨਾ ਜਿਹੜੀਆਂ, ਬਹੁਤ ਇਹ ਬੰਦ ਹੋ ਜਾਣੀਆਂ ਚਾਹੀਦੀਆਂ ਹਨ। ਧੰਨਵਾਦ ਜੀ। ਹਾਂਜੀ ਹਾਂਜੀ, ਸਰਕਾਰਾਂ ਨੂੰ ਇਸ ਚੀਜ਼ 'ਤੇ ਬੈਨ ਲਗਣਾ ਚਾਹੀਦਾ, ਲਾਉਣਾ ਚਾਹੀਦਾ ਹੈ ਪਟਾਕਿਆਂ 'ਤੇ, ਪਟਾਕਿਆਂ 'ਤੇ, ਚਾਈਨਾ ਡੋਰ 'ਤੇ, ਚਾਈਨਾ ਡੋਰ 'ਤੇ ਵੀ। ਹਾਂਜੀ ਹਾਂਜੀ, ਇਹ ਬੈਨ ਹੋਣੀ ਚਾਹੀਦੀ, ਬੈਨ ਹੋਣੇ ਚਾਹੀਦੇ ਆ ਜੀ। ਇਹਨਾਂ ਨੂੰ ਕੋਈ ਖੁਸ਼ੀ ਮਿਲਦੀ ਹੈ ਜਾਂ ਇਹ ਨੁਕਸਾਨ ਹੁੰਦੇ ਆ? ਇਹ ਤਾਂ ਦੱਸਣ ਵਾਲੀ ਕਿਹੜੀ ਗੱਲ ਹੈ ਜੀ, ਨੁਕਸਾਨ ਹੁੰਦੇ ਆ, ਨੁਕਸਾਨ ਹੁੰਦੇ ਆ, ਇਨਸਾਨੀਅਤ ਦਾ ਨੁਕਸਾਨ ਹੁੰਦਾ, ਇਨਸਾਨੀਅਤ ਦਾ ਨੁਕਸਾਨ ਹੁੰਦਾ, ਇਨਸਾਨੀਅਤ ਨੁਕਸਾਨ ਹੁੰਦਾ ਹੈ। ਪ੍ਰਸ਼ਾਸਨ ਨੂੰ ਕੀ ਕਹੋਗੇ? ਪ੍ਰਸ਼ਾਸਨ ਨੂੰ ਇਹੀ ਕਹਾਂਗੇ ਜੀ, ਇੱਧਰ ਧਿਆਨ ਦਿੱਤਾ ਜਾਵੇ ਜੀ, ਇਹਦੇ ਧਿਆਨ 'ਤੇ, ਚਾਹੇ ਉਹ ਮਤਲਬ ਕਾਨੂੰਨ ਬਣਾਉਣਾ ਇਹੋ ਜਿਹਾ ਸਖਤ ਕੋਈ। ਹਾਂਜੀ ਹਾਂਜੀ, ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਅਤੇ ਜਿਹਦੇ ਨਾਲ ਇਹ ਸਾਰਾ ਕੰਮ ਬੰਦ ਹੋਣਾ ਚਾਹੀਦਾ, ਕੋਈ ਹੋਰ ਦੂਜਾ ਖੁਸ਼ੀ ਦਾ ਕੋਈ ਮਾਹੌਲ, ਦੂਜਾ ਹੋਰ ਚੀਜ਼ ਹੋਣੀ ਚਾਹੀਦੀ ਹੈ। ਹਾਂਜੀ ਹਾਂਜੀ ਸਰ ਜੀ, ਜਿਹੜੇ ਕੱਲ੍ਹ ਨੁਕਸਾਨ ਹੋਇਆ ਪਲਾਸ ਔਰ ਬੰਬ ਧਮਾਕੇ ਦਾ ਜੀ ਨਗਰ ਕੀਰਤਨ ਦੇ ਵਿੱਚ, ਇਹ ਨਗਰ ਕੀਰਤਨ 'ਚ ਬੰਬ ਚਲਾਉਣੇ ਨਹੀਂ ਬੰਦੇ, ਨਹੀਂ ਚਾਹੀਦੇ, ਨਹੀਂ ਚਾਹੀਦੇ ਜੀ। ਇਹ ਉੱਦਾਂ ਖੁਸ਼ੀ ਆਪਣੀ ਉੱਦਾਂ ਜ਼ਾਹਰ ਕਰੋ, ਖੁਸ਼ੀ ਉੱਦਾਂ ਜ਼ਾਹਰ ਕਰੋ,
ਬੰਬਾਂ ਦੇ ਨਾਲ ਕੋਈ ਜ਼ਿਆਦਾ ਯਾਰ ਨਹੀਂ ਹੁੰਦੀ ਹੈ, ਬੰਬਾਂ ਦੇ ਨਾਲ ਨਹੀਂ ਯਾਰ ਹੁੰਦੀ। ਹਾਂਜੀ, ਇੰਨਾ ਵੱਡਾ ਨਗਰ ਕੀਰਤਨ ਦੇ ਪਟਾਕੇ ਚਲਾਉਂਦੇ ਅਤੇ ਉਹਦੇ ਨਾਲ ਨੁਕਸਾਨ ਹੁੰਦਾ? ਬਹੁਤ ਜ਼ਿਆਦਾ ਨੁਕਸਾਨ ਹੋਇਆ, ਲੋਕਾਂ ਦੇ ਬੱਚੇ ਦਾ ਮਰੇ ਆ, ਉਹ ਚੰਗਾ ਨਹੀਂ ਹੁੰਦਾ। ਪ੍ਰਸ਼ਾਸਨ ਨੂੰ ਕੀ ਕਹੋਗੇ ਜੀ, ਸਰਕਾਰਾਂ ਨੂੰ ਕੀ ਕਹੋਗੇ ਜੀ? ਸਰਕਾਰ ਨੂੰ ਇਹ ਹੀ ਕਹਿੰਦੇ ਹਾਂ ਕਿ ਇਹ ਬੰਬ ਬੰਦ ਕੀਤੇ ਜਾਣੇ ਚਾਹੀਦੇ ਆ। ਨਗਰ ਕੀਰਤਨ ਦੇ ਵਿੱਚ ਆਤਿਸ਼ਬਾਜ਼ੀ ਚਲਾਉਣੀ ਬਹੁਤ ਮਾੜੀ ਗੱਲ ਹੈ, ਬਹੁਤ ਮਾੜੀ ਗੱਲ ਆ, ਨਹੀਂ ਚੰਗਾ। ਦੀਵਾਲੀ ਹੋਵੇ, ਵਿਸਾਖੀ ਹੋਵੇ, ਕਿਤੇ ਵੀ, ਹਾਂ ਚਲੋ ਦਿਨ ਤਿਉਹਾਰ ਹੈਗਾ ਉਦੋਂ ਤੋਂ ਆਪਣੇ ਘਰਾਂ ਦੇ ਵਿੱਚ ਚਲਾਉਂਦੇ, ਉਹ ਤਾਂ ਖੁਸ਼ੀ ਜ਼ਾਹਰ ਹੁੰਦੀ ਹੈ। ਜਿਹੜੇ ਇੱਦਾਂ ਨਗਰ ਕੀਰਤਨ ਦੇ ਵਿੱਚ ਹੁੰਦੇ ਆ ਉਦੋਂ ਆਤਿਸ਼ਬਾਜ਼ੀ ਬੰਦ ਕਰਨੀ ਚਾਹੀਦੀ ਹੈ, ਆਤਿਸ਼ਬਾਜ਼ੀ ਬਿਲਕੁਲ ਬੈਨ ਹੋਣੀ ਚਾਹੀਦੀ ਹੈ, ਬੈਨ ਹੋਣੀ ਚਾਹੀਦੀ ਹੈ। ਇਹਦਾ ਕੋਈ ਹੋਰ ਨੁਕਸਾਨ ਵੀ ਹੈਗਾ? ਹਾਂਜੀ, ਇਹਦਾ ਪ੍ਰਦੂਸ਼ਣ ਦਾ ਵੀ ਨੁਕਸਾਨ, ਪ੍ਰਦੂਸ਼ਣ ਵੀ ਜ਼ਿਆਦਾ ਹੁੰਦਾ ਹੈ। ਬਹੁਤ ਬਹੁਤ ਮਿਹਰਬਾਨੀ। ਸੋ ਤੁਸੀਂ ਵੇਖਿਆ ਆ ਕਿ ਚਾਹੇ ਦੀਵਾਲੀ ਆ, ਵਿਸਾਖੀ ਆ, ਜਾਂ ਭਾਰਤ ਦੇਸ਼ ਦੇ ਵਿੱਚ ਕੋਈ ਬਹੁਤ ਵੱਡਾ ਤਿਉਹਾਰ ਆ, ਅਤੇ ਉਹਨਾਂ ਸਾਰਿਆਂ ਦੇ ਤੁਸੀਂ ਲੋਕਾਂ ਦੇ ਵਿਚਾਰ ਵੇਖੇ ਆ ਕਿ ਇਹ ਬਿਲਕੁਲ ਜਿਹੜੀ ਪਟਾਕੇਬਾਜ਼ੀ ਹੈ ਬਿਲਕੁਲ ਬੰਦ ਹੋਣੀ ਚਾਹੀਦੀ ਆ। ਪਟਾਕੇਬਾਜ਼ੀ ਜਿਹੜੀ ਆ ਇਹ ਅਜੇ ਕਾਨੂੰਨ ਬਹੁਤੇ ਲੋਕਾਂ ਨੂੰ ਪਤਾ ਵੀ ਨਹੀਂ ਹੈਗਾ, ਸਾਡੇ ਕਈ ਸਟੇਟਾਂ ਦੇ ਵਿੱਚ ਜਿਹੜਾ ਉਹ ਬੰਦ ਹੋਈ ਆ। ਯੂਪੀ ਦੇ ਵਿੱਚ ਜਾਓ ਤਕਰੀਬਨ ਪਟਾਕੇਬਾਜ਼ੀ ਉੱਥੇ ਬੰਦ ਕੀਤੀ ਹੋਈ ਆ, ਔਰ ਇਹਦਾ ਇੱਕ ਹੋਰ ਸਿਸਟਮ ਵੀ ਬਣਾਇਆ, ਕੁਛ ਇੱਕ ਨਵਾਂ ਆਇਆ ਜੀ, ਜਿਹਨਾਂ ਨੂੰ ਕਹਿੰਦੇ ਆਪਾਂ ਰੰਗੀਨ ਜਿਹੜੀਆਂ ਰੰਗੀਨ ਆਤਿਸ਼ਬਾਜ਼ੀ ਆ, ਜੋ ਰੰਗ ਹੀ ਸਿਰਫ ਕੱਢਦੀ ਆ, ਅਤੇ ਉਹ ਜੇ ਕਿਤੇ ਹੋਵੇ ਵੀ ਤਾਂ ਉਹ ਉਹੋ ਜਿਹਾ ਸਿਸਟਮ ਹੋਣਾ ਚਾਹੀਦਾ ਆ ਕਿ ਜਿਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਜਿਹਦੇ ਨਾਲ ਕੋਈ ਅੱਗ ਜੰਨੀ ਜਾ ਕੇ ਐਡਾ ਵੱਡਾ ਹਾਦਸੇ ਨਹੀਂ ਹੁੰਦੇ। ਔਰ ਇਹ ਉਹੋ ਜਿਹੀ ਆਤਿਸ਼ਬਾਜ਼ੀ ਹੋਵੇ, ਲੋਕਾਂ ਨੇ ਵੀ ਕਿਹਾ ਕਿ ਜੇ ਉਹ ਰੰਗ ਵਾਲੀ ਆਤਿਸ਼ਬਾਜ਼ੀ ਹੋਵੇ ਅਤੇ ਉਹ ਕੁਛ ਨਾ ਕੁਛ ਉਹਦੇ ਨਾਲ ਬਚਾਅ ਹੋ ਜਾਂਦਾ। ਅਵਲ ਤਾਂ ਸਾਰੀ ਸੰਗਤ ਨੇ ਇਹੀ ਕਿਹਾ ਆ, ਲੋਕਾਂ ਦਾ ਵਿਚਾਰ ਇਹੀ ਆ ਕਿ ਜੋ ਇਹ ਆਤਿਸ਼ਬਾਜ਼ੀ ਆ ਬਿਲਕੁਲ ਖਤਮ ਹੋਣੀ ਚਾਹੀਦੀ ਆ, ਬੈਨ ਹੋਣੀ ਚਾਹੀਦੀ ਆ। ਇਹਦੇ ਨਾਲ ਪ੍ਰਦੂਸ਼ਣ ਤੋਂ ਬਚਿਆ ਜਾ ਸਕਦਾ ਹੈ, ਇਹਦੇ ਨਾਲ ਆਪਾਂ ਪੈਸੇ ਦਾ ਬਚਾਅ ਹੁੰਦਾ ਆ, ਜੋ ਕਿ ਹੋਰ ਕਿਸੇ ਕੰਮ, ਕਰੋੜਾਂ ਖਰਬਾਂ ਰੁਪਏ ਦੀ ਜੋ ਆਤਿਸ਼ਬਾਜ਼ੀ ਆ ਉਹ ਦੀਵਾਲੀ ਵਾਲੇ ਰਾਤ ਦਿਨ ਸਾਡੇ ਇਸ ਦੇਸ਼ ਦੇ ਵਿੱਚ ਚਲਾਈ ਜਾਂਦੀ ਆ, ਇਕੱਲੇ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਕਰੋੜਾਂ ਖਰਬਾਂ ਰੁਪਏ ਵਿੱਚ। ਔਰ ਇਸ ਤੱਕ ਕਿ ਸਾਡੇ ਕੋਲ ਹੁਣ ਜਿਹੜਾ ਇਹ ਅਸੀਂ ਮਿਆਰ ਵੀ ਉਹਦੇ ਬਾਰੇ ਚੈੱਕ ਕਰਨਾ ਹੈ ਕਿ ਜੋ ਵੇਖਿਆ ਤੁਸੀਂ ਜੋ ਚਾਈਨਾ ਤੋਂ ਸਾਰਾ ਕੁਛ ਆ ਰਿਹਾ ਆ, ਅਤੇ ਉਹਦੇ ਵਿੱਚ ਅਸੀਂ ਕਦੀ ਕੋਈ ਦਾ ਮਿਆਰ ਵੀ ਚੈੱਕ ਕਰਦੇ ਜਾਂ ਨਹੀਂ ਚੱਕਦੇ। ਜੋ ਸਾਡਾ ਮਹਿਕਮਾ ਹੈਗਾ ਆ, ਚੀਫ ਕੰਟਰੋਲਰ ਨੇ ਜੋ, ਉਹ ਇਹ ਸਾਰਾ ਉਹ ਮਹਿਕਮਿਆਂ ਨੂੰ ਵੀ ਸੋਚਣਾ ਪਊਗਾ ਕਿ ਇਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਕਿ ਇਹ ਆਤਿਸ਼ਬਾਜ਼ੀ ਨੇ ਐਡਾ ਵੱਡਾ ਨੁਕਸਾਨ, ਜੋ ਕੱਲ੍ਹ ਤਰਨ ਤਾਰਨ ਉਸ ਤੋਂ ਪਹਿਲਾਂ ਬਟਾਲੇ ਵਿੱਚ ਐਡਾ ਵੱਡਾ ਨੁਕਸਾਨ ਕੀਤਾ ਆ, ਤਾਂ ਉਹ ਕਿਉਂ ਕੀਤਾ ਇਹ ਸਾਰਾ ਜਿੰਨਾ ਵੀ ਆ, ਇਹ ਸਾਡੇ ਦੇਸ਼ ਦੇ ਮਹਿਕਮੇ ਨੂੰ, ਸਾਡੇ ਪੰਜਾਬ ਦੇ ਮਹਿਕਮੇ ਨੂੰ ਔਰ ਲੋਕਾਂ ਨੂੰ ਵੀ ਸੋਚਣਾ ਪਊਗਾ। ਇਸ ਦੇ ਨਾਲ ਨਾਲ ਜੋ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਤੱਕ ਵੀ ਸਾਡੀ ਆਵਾਜ਼ ਪਹੁੰਚਾਓ ਕਿ ਇਹ ਧਾਰਮਿਕ ਜਥੇਬੰਦੀਆਂ ਵੀ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਇੱਕ ਸਿਸਟਮ ਬਣਾਉਣ ਕਿ ਇਹ ਜੋ ਵੱਡੇ ਵੱਡੇ ਆਪਾਂ ਲੈ ਕੇ ਜਾਂਦੇ ਹਾਂ ਨਗਰ ਕੀਰਤਨ ਲੈ ਕੇ ਜਾਂਦੇ, ਉਹ ਕਿੰਨਾ ਕੁ ਹੋਵੇ, ਕਿੰਨੇ ਕੁ ਸਿੰਘ ਜਾਣੇ ਚਾਹੀਦੇ ਆ, ਜਾਂ ਕਿੰਨਾ ਕੁ ਮਨਜ਼ੂਰੀ ਲੈਣੀ ਚਾਹੀਦੀ ਉਹਨਾਂ ਕੋਲ ਸਿੰਘਾਂ ਕੋਲ, ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਆ ਕੇ ਮਨਜ਼ੂਰੀ ਲੈਣ। ਇਹ ਵੀ ਲੋਕਾਂ ਦੇ ਕਾਫੀ ਵਿਚਾਰ ਮੈਂ ਸੁਣੇ ਸੀ ਕਿ ਉੱਥੋਂ ਮਨਜ਼ੂਰੀ ਲੈ ਕੇ ਜਾਣ, ਔਰ ਉਹਦੇ ਵਿੱਚ ਕੀ ਹੋਣਾ ਚਾਹੀਦਾ ਆ, ਕਿਸ ਤਰ੍ਹਾਂ ਹੋਣਾ ਚਾਹੀਦਾ, ਇਹ ਸਾਰਾ ਕੁਛ ਜਿਹੜਾ ਇੱਕ ਨਿਯਮਤ ਤਰੀਕੇ ਦੇ ਨਾਲ ਹੋਣਾ ਚਾਹੀਦਾ ਆ। ਕੈਮਰਾਮੈਨ ਹਰਿੰਦਰ ਵੇਰਕਾ ਦੇ ਨਾਲ ਮੈਂ ਵਜ਼ੀਰ ਮੂਦਲ, ਆਵਾਜ਼ੇ ਕੌਮ ਟੀਵੀ, ਅੰਮ੍ਰਿਤਸਰ।